ਬੜਾ ਅਫਸੋਸ ਨਾਲ ਕਹਿਣਾ ਪੈਂਦਾ ਮੈਂ ਕਿਸੇ ਦੇ ਪਰਿਵਾਰ ਬਾਰੇ ਕਦੇ ਟਿੱਪਣੀ ਕਰਕੇ ਰਾਜ਼ੀ ਨਹੀਂ ਮਗਰ ਜਦੋਂ ਮੈਂ ਭੈਣ ਜੀ ਦੀ ਉਹਨਾਂ ਦੀਆਂ ਵੀਡੀਓ ਵੇਖੀਆਂ ਸੁਮਨ ਭੈਣ ਜੀ ਦੀਆਂ ਤੇ ਜੋ ਤਰਸਯੋਗ ਹਾਲਾਤ ਦਾ ਉਹਨਾਂ ਨੇ ਬਿਆਨ ਕੀਤਾ ਰੱਬ ਕਿਸੇ ਨੂੰ ਇਹੋ ਜਿਹਾ ਪੁੱਤ ਇਹੋ ਜਿਹਾ ਭਰਾ ਨਾ ਦੇਵੇ ਕਿ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਣ ਰੱਬ ਇਹਨੂੰ ਵੀ ਸਮਤ ਬਖਸ਼ੇ ਮੇਰੇ ਵੱਡੇ ਵੀਰ ਨੂੰ ਕਿ ਆਪ ਦੀ ਗਲਤੀਆਂ ਦਾ ਪਛਤਾਪ ਕਰਦਿਆਂ ਹੋਇਆ ਪਬਲਿਕ ਅਪੋਲੋਜੀ ਆਪ ਦੀ ਭੈਣ ਕੋਲੋਂ ਔਰ ਆਪ ਦੀ ਮਾਤਾ ਦੇ ਚਰਨਾਂ 'ਚ ਸਵਰਗਵਾਸੀ ਮਾਤਾ ਦੇ ਚਰਨਾਂ 'ਚ ਹੱਥ ਜੋੜ ਕੇ ਮਾਫ਼ੀ ਮੰਗੇ ਕਿ ਜੇ ਮੇਰੇ ਤੋਂ ਗਲਤੀ ਹੋ ਗਈ ਮੈਂ ਇਸ ਤੋਂ ਅਗਾਂਹ ਕੁਛ ਨਹੀਂ ਕਹਿਣਾ ਮਗਰ ਇਹ ਇਲੈਕਸ਼ਨ ਮੇਰੀ ਨਹੀਂ ਜੀ ਇਹ ਇਲੈਕਸ਼ਨ ਅੱਜ ਲੋਕਾਂ ਨੂੰ ਉਹਨਾਂ ਨੂੰ ਮੌਕਾ ਮਿਲ ਗਿਆ ਜਿਨ੍ਹਾਂ ਦੀ ਪਿਛਲੇ 18-20 ਸਾਲਾਂ ਤੋਂ ਇਸ ਪਰਿਵਾਰ ਨੇ ਜਿਨ੍ਹਾਂ ਨੂੰ ਯੂਜ਼ ਅਤੇ ਅਬਿਊਜ਼ ਕੀਤਾ ਵਰਤਿਆ ਅਤੇ ਸੁੱਟਿਆ ਆਮ ਤੌਰ 'ਤੇ ਮੈਨੂੰ ਬੰਦੇ ਆ ਕੇ ਕਹਿ ਰਹੇ ਕਹਿੰਦਾ ਐਸਾ ਕੋਈ ਨਹੀਂ ਜਿਸ ਕੋ ਸਿੱਧੂ ਨੇ ਆਪਣਾ ਬਣਾ ਕੇ ਠੱਗਾ ਨਹੀਂ ਕੋਈ ਬੰਦਾ ਇਹੋ ਜਿਹਾ ਨਹੀਂ ਜਿਹਨੂੰ ਆਪਣਾ ਬਣਾ ਕੇ ਇਹਨੇ ਠੱਗਣ ਦਾ ਕੰਮ ਨਹੀਂ ਕੀਤਾ ਵੇਖੋ 18 ਸਾਲਾਂ 'ਚ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ MP ਬਣਾਇਆ MLA ਬਣਾਇਆ ਮਿਨਿਸਟਰ ਬਣਾਇਆ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਇਆ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਔਰ ਜੋਸ਼ੀ ਸਾਹਿਬ ਤੇ ਮੈਂ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਵਾਜਪਾਈ ਸਾਹਿਬ ਮੋਦੀ ਸਾਹਿਬ ਅਡਵਾਨੀ ਸਾਹਿਬ ਹੁਣ ਸੋਨੀਆ ਗਾਂਧੀ ਜੀ ਕੋਈ ਇਹਦੀ ਗੱਲ ਨਹੀਂ ਮੋੜਦਾ ਇਹ ਪਤਾ ਨਹੀਂ ਕੀ ਇੱਕ ਵਾਰੀ ਛੂ ਮੰਤਰ ਜਿਹਾ ਕਰਦਾ ਕਿ ਉਹਨਾਂ ਦੀ ਗੱਲ ਬੜੀ ਸੁਣਦੇ ਮਗਰ ਹੌਲੀ ਹੌਲੀ ਕੋਈ ਦੀ ਗੱਲ ਸੁਣਨ ਤੋਂ ਭੱਜ ਜਾਂਦੇ ਸਾਰੇ ਔਰ ਉਹੀ ਗੱਲ ਵੇਖਣ ਨੂੰ ਮਿਲੀ ਹੈ ਕਿ ਜੇ ਇਸ ਬੰਦੇ ਕੋਲ ਇੰਨੀ ਤਾਕਤ ਸੀ 18 ਸਾਲ ਦੋਵੇਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ BJP ਔਰ ਕਾਂਗਰਸ ਮਗਰ ਪ੍ਰਾਪਤੀ ਕੀ ਜ਼ੀਰੋ ਡਿਵੈਲਪਮੈਂਟ ਕੀ ਜ਼ੀਰੋ ਜਿਵੇਂ ਜੋਸ਼ੀ ਸਾਹਿਬ ਦਾ ਕੰਮ ਬੋਲਦਾ ਜਾਂ ਸੁਖਬੀਰ ਜੀ ਨੇ ਜੋ ਜੋਸ਼ੀ ਸਾਹਿਬ ਨੇ ਜਿਹੜੇ ਕੰਮ ਕਰਾਇਆ ਮੂੰਹ ਬੋਲਦੀ ਤਸਵੀਰਾਂ ਨੇ ਇਹਨੂੰ ਤਾਂ ਪੁੱਛੋ ਕਿ ਭਰਾਈ ਪ੍ਰਾਪਤੀ ਅੱਜ ਵੀ ਅੰਮ੍ਰਿਤਸਰ ਈਸਟ 'ਚ ਬਿਜਲੀ ਪਾਣੀ ਸੜਕ ਮੁੱਦਾ ਬਣਿਆ ਹੋਇਆ ਆ ਮੈਂ ਲੰਮਾ ਚੌੜਾ ਕਾਗਜ਼ ਮੇਰੇ ਕੋਲ ਆਇਆ ਅੰਮ੍ਰਿਤਸਰ ਈਸਟ ਦਾ ਵੱਲੇ ਦੇ ਡੰਪ ਦਾ ਕੀ ਹੋਇਆ ਬੜੀਆਂ ਪ੍ਰੈਸ ਕਾਨਫਰੰਸਾਂ ਤੁਸੀਂ ਵੀ ਜਾ ਕੇ ਵੱਲੇ ਦੇ ਡੰਪ ਦੀਆਂ ਕੀਤੀਆਂ ਨੇ ਜੋੜੇ ਫਾਟਕ ਦਾ ਆਰਓਬੀ ਦਾ ਕੀ ਬਣਿਆ ਬੱਲੇ ਫਾਟਕ ਦੇ ਆਰਓਬੀ ਦਾ ਕੀ ਬਣਿਆ ਸ਼ਵਾਲਾ ਫਾਟਕ ਦੇ ਆਰਓਬੀ ਦਾ ਕੀ ਬਣਿਆ ਪੀਣ ਵਾਲੇ ਪਾਣੀ ਦੇ ਈਸਟ ਦਾ ਕੀ ਬਣਿਆ ਜਿਹੜਾ ਹਿਸਟੋਰੀਕਲ ਏਰੀਆ ਵੱਲਾ ਜ਼ੀਰੋ ਡਿਵੈਲਪਮੈਂਟ ਜਿੱਥੇ ਹੋਈ ਹੈ ਨੋ ਸੀਵਰੇਜ ਉਹਦਾ ਕੀ ਬਣਿਆ ਮਤਲਬ ਇਤਿਹਾਸਿਕ ਗੁਰੂ ਚਰਨ ਛੋਹ ਪ੍ਰਾਪਤ ਧਰਤੀ ਆ ਉਹਦਾ ਕੀ ਬਣਿਆ ਇੱਕ ਵੀ ਔਰ ਇਹ ਇਲਜ਼ਾਮ ਲੱਗ ਗਏ ਕਿ ਮੜੀਆਂ ਤੱਕ ਦੇ ਪੈਸੇ ਖਾਣ ਦਾ ਕੰਮ ਇਹਨਾਂ ਨੇ ਕੀਤਾ ਇਸ ਲਈ ਬੜੀ ਲੰਮੀ ਚੌੜੀ ਗੱਲ ਹੈ ਮੈਂ ਇਹਦੇ ਬਾਰੇ ਖੁਲਾਸੇ ਬਾਅਦ 'ਚ ਕਰਾਂਗਾ ਮਗਰ ਅੱਜ ਉਹਨਾਂ ਨੂੰ ਮੌਕਾ ਮਿਲ ਗਿਆ ਸਭ ਨੂੰ ਔਰ ਮੈਂ ਆਸ ਕਰਦਾ ਉਮੀਦ ਕਰਦਾ ਕਿਉਂਕਿ ਪਾਰਟੀਆਂ ਨਹੀਂ ਮਾੜੀ ਇਹ 101,70,000 ਦੇ ਜਿਹੜੇ ਅੰਮ੍ਰਿਤਸਰ ਪੂਰਬੀ ਦੇ ਲੋਕ ਨੇ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਵੀਰ ਬਜ਼ੁਰਗ ਉਹਨਾਂ ਦੀ ਆਵਾਜ਼ ਉਹ ਬੁਲੰਦ ਕਰ ਸਕਦੇ ਆ ਔਰ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਇਹਨੂੰ ਸਵਾਲ ਵੀ ਕਰਨਗੇ ਕਿ ਦੱਸ ਭਾਈ ਘਰ ਘਰ ਨੌਕਰੀ ਦਾ ਕੀ ਬਣਿਆ ਸਾਡੀ ਸੋਸ਼ਲ ਵੈਲਫੇਅਰ ਪੈਨਸ਼ਨਾਂ ਸ਼ਗਨ ਸਕੀਮਾਂ ਦਾ ਕੀ ਬਣਿਆ ਸਾਡੇ ਹਲਕੇ 'ਚ ਡਿਵੈਲਪਮੈਂਟ ਕਿਉਂ ਨਹੀਂ ਹੈ ਕਿਉਂਕਿ ਅਹੁਦਾ ਤਾਂ ਕੋਈ ਰਹਿ ਨਹੀਂ ਗਿਆ ਹੁਣ ਤਾਂ ਇੱਕੋ ਅਹੁਦਾ ਰਹਿ ਗਿਆ ਕਿ ਜੇ ਚੰਨੀ ਕਿੱਥੇ ਮੁੱਖ ਮੰਤਰੀ ਤੈਨੂੰ ਨਾ ਬਣਾਵੇ ਤੇਰਾ ਤਾਂ ਕੋਈ ਪਤਾ ਨਹੀਂ ਸੀ ਕੱਲ੍ਹ ਇਮਰਾਨ ਖਾਨ ਨਾਲ ਸਾਟਗਾਟ ਕਰਕੇ ਪਾਕਿਸਤਾਨ ਮੁਸਲਿਮ ਲੀਗ ਦਾ ਬਣ ਜਾਏ ਜਾ ਕੇ ਪ੍ਰਧਾਨ ਫਿਰ ਉਹਨਾਂ ਨੂੰ ਮਾਡਲ ਵੇਚਣੇ ਸ਼ੁਰੂ ਕਰ ਦੂੰ ਨਵੇਂ ਇਸ ਲਈ ਧੋਖੇ ਦੇ ਮਾਡਲ ਦਾ ਫਰੋਡ ਦੇ ਮਾਡਲ ਦਾ ਚੀਟ ਮਾਡਲ ਦਾ ਪਰਦਾ ਫਾਸ਼ ਹੋ ਰਿਹਾ ਲੋਕ ਪਰਦਾ ਫਾਸ਼ ਕਰਨਗੇ ਮੇਰੇ ਕੋਲ ਤਾਂ ਕੋਈ ਸ਼ੱਕ ਨਹੀਂ ਡਾਕਟਰ ਸਿੱਧੂ ਨੇ ਬਿਆਨ ਦਿੱਤਾ ਕਿ ਵੱਡੇ ਬਾਦਲ ਸਾਹਿਬ ਦੀ ਗੇਮ ਹੈ ਉਹਨਾਂ ਨੇ ਮਜੀਠੀ ਨੂੰ ਖਤਮ ਕਰਨ ਲਈ ਹਾਰਨ ਲਈ ਇੱਥੇ ਭੇਜਿਆ ਚਲੋ ਭੈਣ ਜੀ ਤਾਂ ਦੇਖੋ ਸਤਿਕਾਰਯੋਗ ਨਵਜੋਤ ਕੌਰ ਸਿੱਧੂ ਆ ਜੋਸ਼ੀ ਤੇ ਮੈਨੂੰ ਪਤਾ ਸਾਨੂੰ ਕਿੰਨੀਆਂ ਰੋਟੀਆਂ ਖਵਾਉਂਦੀਆਂ ਸੀ ਸਾਡੀ ਭੈਣ ਆ ਸੰਧੂ ਸਾਹਿਬ ਨੂੰ ਵੀ ਪਤਾ ਪਿੱਛੋਂ ਮਾੜਾ ਜਿਹਾ ਲੰਮਾ ਜਿਹਾ ਹੱਸ ਦੇ ਉਹ ਖੜਤਾ ਜਾ ਮੈਨੂੰ ਇਹ ਆਸ ਹੈ ਕਿ ਜੇ ਬੀਬੀ ਨਵਜੋਤ ਕੌਰ ਸਿੱਧੂ
जे वाकई एक माँ का दर्द एक भैन का दर्द समझती है और वाकई इस हल्के का दर्द क्योंकि उन्हें भी इस हल्के की नुमाइंदगी की है फिर वो ठोको ताली वोट नहीं देंगे वो आपके भरा का ध्यान करेंगे मजीठिए के हक से खलोणगे यह जहा माड़ी कारगुजारी वाला जरा हर मौके तो फरार जो काम करने की वारी आँगी फरार उदो पंगा पै जाता इसलिए पंगा इसलिए पैदा कहदे लिए लोगों लिए नहीं आपकी कुर्सी लिए कि मैनू फलानी कुर्सी नहीं मिली ये नहीं होया कि कदे मेरे हल्के च डिवेलपमेंट नहीं हुई इस तरह मेरा भी दास नूं पता एक शादी हुई है दो या कि तीन हुई है ना दास दा इहदे च कोई काम है मगर वह भैन का दर्द एक भरा नूं समझना चाहिए रब किसी नूं भी इह जिहा भरा ना दवे जिहड़ी इह जिही हालात किसी नूं आपके दर्द भरे हालात बयान करने पैण और सुमन तूर जी जो मैनू नौ दसिया गया वो आप दस सकते क्योंकि जो वीडियो मैनू लोग कह रहे उस कह रहे कि जिन्होंने उन्होंने जन्म दिता उन्हें वो माता दे बारी वो जिक्र कर रहे क्योंकि कोई कहते शायद अज भगवंत ओदी बारे गल करते जो एट बर्थ कोई प्रॉब्लम सी जिक्र भी करते तो वो बारे वो कह जी मगर जेड़ा माता का नहीं होया कि प्रभु उन्हें थोड़ा कदों बन गया एक कैप्टन अमरिंदर सिंह बारे कहा जा रहा है कि जिन्हें भी वादे किए थे जिन्हें भी वादे किए थे कैप्टन अमरिंदर सिंह ने किए थे तुम्हें लगता है कि जिन्हें भी वादे थे एक कांग्रेस के थे क्योंकि अजकल नवजोत सिद्धू नूं पूछा जाता है कि तुसीं इह सरकारी नौकरी नहीं दी जां रुजगार नहीं दिता तो वह कहते जी कैप्टन ने वादे किए थे तो कैप्टन नूं पापा किने बनाया फादर इज अ फादर कैप्टन साहब नूं संबोधन होर के ते सन इज अ सन तू तो पुत बनिया सी और ओ पुत ओनू पापा इसलिए बना लिया कि इन्हें मुख्यमंत्री बनना तो मैं लोकल बॉडी मंत्री बन जू लोकल बॉडी मंत्री आप दे आप च एक सरकार है एक मतलब उस तो वड्डा महकमा कोई नहीं क्यों जोशी साहब जे जे जोशी साहब इन्ना काम करा सकते सी उस महकमे दे वजीर बन के वो भाई इहनू किहड़े मॉडल ने हत्थ पा लिया सी इहनू की हो गया सी इसलिए जेड़े लोगों की आपकी परफॉर्मेंस जीरो है निल है अज उन्हां नूं भज्जण दा राह नहीं मिलना लोगों ने सवाल करने जेड़े हल्के चो गए राजे रहे गुमशुदा रहे उन्हां नूं भी सवाल होने बहुत वधिया दोस्त भी रहे हो जोशी साहब दी तुसीं गल कीती इस वेले पंजाब दे लोक इह जानना चाहुंदे ने कि इह लड़ाई मुद्दियां दी है या तुहाडी निजी लड़ाई है इह मुद्दियां दी है साडी तां मुद्दियां दी है ओहदी निजी है उहनूं कहा जेड़ा तूं मजीठिए ते परचा कराउणा सी करा लिया ना तेरा टिल दा जोर लग्गिया सीगा मजीठिया परचा ना अपने कागज ना भर सके रब वसदा ना लोगों की कचहरी ते रब की कचहरी लोगों की कचहरी च मजीठिया पहुंच गया रब की कचहरी च लोगों ने इंसाफ उस कचहरी चो भी लोगों ने लोगों को इंसाफ मिलना और हुण लोगों की कचहरी च लोग फैसला करनगे ठोको ताली दे हाथ वस गए हां मैं सेकड़ी साहब का भी धन्यवाद कर सेकड़ी साहब का भी धन्यवाद करता कि उन्होंने गल स्पष्ट ही करती और श्री हरिमंदर साहब खलो के करती कि जितू तो मजीठिया जितू नहीं जितना और वेखो मेरा कोई वो नहीं कांग्रेस के प्रधान नू इस हल्के च आके क्योंकि लोगों का हुक्म सी सिर मत्थे मन्या और मैं तो लोगों नू विश्वास दवा सकता जिमें मजीठे की बाह फड़ी है उस तरह घुट के अमृतसर ईस्ट की बाह भी फड़ू ते कम भी करके विखाऊ ए वांगू मॉडल नहीं बेचू कम बोलू मजीठिया साहब